ਵੈਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਊ ਬਿੱਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ 'ਚ। ਇੰਨਾ ਤਾਂ ਉੱਥੇ ਢਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ। ਪ੍ਰਤਾਪ ਸਿੰਘ ਬਾਜਵਾ ਨੂੰ, ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ, ਉਹਨਾਂ ਨੂੰ ਕਹਿੰਦਾ ਐਂ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ। ਇੱਕ ਨਾ ਇੱਕ ਹੁੰਦਾ ਜਿੰਦਾ ਦਿਲ ਬੰਦਾ, ਜਿਹਨੂੰ 8 ਵਾਰੀ SIT ਨੇ ਬੁਲਾਇਆ, 7 ਵਾਰੀ ਮੈਂ ਪੇਸ਼ ਹੋਇਆ। ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ, ਮੁਰਦਾ ਦਿਲ, ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਵਰਗੇ ਨਿੱਕੂ, ਜਿਹਨੂੰ 8 ਵਾਰੀ ਬੁਲਾਇਆ ਤੇ 0 ਵਾਰੀ ਪੇਸ਼ ਹੋਏ, ਕਿਉਂਕਿ ਮਨ 'ਚ ਚੋਰ ਹੈ, ਸ਼ਰਾਬ ਘੁਟਾਲਾ, ਪੰਜਾਬ ਦਾ, ਦਿੱਲੀ ਦਾ, ਜਿਹਦੇ 'ਚ ਉਹਨਾਂ ਦੇ ਮੰਤਰੀ, ਡੈਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ, ਸਿਸੋਦੀਆ, ਸੰਜੇ ਸਿੰਘ ਜੈਨ, ਅਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਜਾਪਦੀ ਹੈ। ਇਸ ਲਈ ਭਰਾਓ, ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲੋ ਅਬਾਈਡਿੰਗ ਸਿਟੀਜ਼ਨ ਹਾਂ, ਕਾਨੂੰਨ 'ਚ ਵਿਸ਼ਵਾਸ ਹੈ, ਔਰ ਇਹੀ ਹੈ। ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ। ਕੋਰਟਾਂ ਨੇ ਇਸ ਕੇਸ 'ਚ ਫੈਸਲੇ ਸੁਣਾ ਤੇ ਹੈ, ਮਗਰ ਮੈਂ ਨਾ ਮਾਨੂੰ ਦਾ ਤਾਂ ਇਲਾਜ ਕੋਈ ਨਹੀਂ। ਉਹ ਥੋੜ੍ਹਾ ਮੈਂ ਬੋਲਬਾਲ ਪੈਂਦਾ ਪੈਗਵੰਤ ਸਿੰਘ ਮਾਨ ਦੇ ਖਿਲਾਫ, ਉਹਨੂੰ ਢਿੱਡ ਪੀੜ ਹੋ ਜਾਂਦੀ ਹੈ। ਵੈਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਊ ਬਿੱਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ 'ਚ। ਇੰਨਾ ਤਾਂ ਉੱਥੇ ਢਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ। ਔਰ ਤਾਲਾ ਲੈ ਕੇ ਆਇਆ ਸੀ, ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਅਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿ ਉਹ ਅਲਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ, ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ, ਗਲਤ ਬੋਤਲ ਨੂੰ ਹੱਥ ਪੈ ਜਾਂਦਾ ਅਤੇ ਵਿਧਾਨ ਸਭਾ 'ਚ ਗਾਹ ਪਾਉਂਦਾ ਫਿਰਦਾ। ਵੇਖੋ, ਪ੍ਰਤਾਪ ਸਿੰਘ ਬਾਜਵਾ ਨੂੰ, ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ, ਉਹਨਾਂ ਨੂੰ ਕਹਿੰਦਾ ਐਂ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ। ਭਰਾਵਾ, ਤੇਰੀ ਅੱਖੀਆਂ 'ਚ ਅੱਖਾਂ ਪਾ ਲਈਆਂ ਪ੍ਰਤਾਪ ਬਾਜਵਾ, ਉਹਨੇ ਤਾਂ ਸ਼ਰਾਬੀ ਹੋ ਜਾਣਾ, 2 ਮਿੰਟ 'ਚ ਟੁੰਨ ਹੋ ਜਾਣਾ। ਤੂੰ ਪਤਾ ਨਹੀਂ ਕੀ ਕੁਛ ਖਾ ਪੀ ਕੇ ਆਉਂਦਾ, ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ। ਦੇਖੋ, ਲੀਡਰ ਆਫ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ, ਕੀ ਉਹ ਬਜਟ ਦਾ ਕਿਹੜੇ ਗਵਰਨਰ ਐਡਰੈਸ ਦਾ ਹਿੱਸਾ ਹੋ? ਸ਼ਾਇਦ ਪੰਜਾਬ ਦੇ ਇਤਿਹਾਸ 'ਚ, ਦੇਸ਼ ਦੇ ਇਤਿਹਾਸ 'ਚ, ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦ ਹਾਊਸ ਨੇ, ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ, ਪੰਜਾਬ ਦੇ ਭਲੇ ਦੇ ਫੈਸਲੇ ਕਰਨੇ, ਉੱਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ, ਨਾ ਪਹਿਲਾਂ ਨਾ ਅੱਗੇ ਕਦੇ, ਐਡੀ ਸ਼ਰਮਸਾਰ ਪ੍ਰੋਸੀਡਿੰਗ ਸ਼ਾਇਦ ਕੋਈ ਮੁੱਖ ਮੰਤਰੀ ਦੀ, ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ। ਜਿਹੜਾ ਲੀਡਰ ਆਫ ਦ ਹਾਊਸ ਆਪ ਹੀ ਵੈਲ 'ਚ ਆਉਣ ਨੂੰ ਫਿਰਦਾ ਸੀ, ਉਹਨੂੰ ਮਸਾਂ ਹਟਾਇਆ ਲੋਕਾਂ ਨੇ, ਇਹ ਤੋਂ ਪਤਾ ਲੱਗਦਾ ਹੈ ਕਿ ਦਿਮਾਗ 'ਤੇ ਕਿਸ ਤਰੀਕੇ ਦਾ ਬੋਝ ਪਿਆ। ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਹੈ
ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਹੈ ਦਾ ਕੋਈ ਇਲਾਜ ਲੂਜ ਕਰਾ ਦਿਓ, ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ। ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਆ? ਨਾ ਕਰੋ ਭਾਈ ਇਹੋ ਜਿਹੇ ਕੰਮ, ਗੱਲ ਕਰੋ ਪੰਜਾਬ ਦੀ। ਔਰ ਕੱਲ੍ਹ ਜਿਹੜਾ ਬਜਟ ਪੇਸ਼ ਹੋਇਆ, ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦਾਂਗੇ, 3,74,000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਹੈ ਕਿ ਕਰਜ਼ਾ ਚੜ੍ਹ ਜਾਣਾ। ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ ਮੇਰੇ ਹਿਸਾਬ ਨਾਲ 4,00,000 ਕਰੋੜ 'ਤੇ ਜਾਊ। ਹਰ ਪੰਜਾਬੀ 'ਤੇ ਕੋਈ 1,25,00,000 ਦੇ ਨੇੜੇ ਤੇੜੇ ਇੱਕ ਬੰਦੇ 'ਤੇ ਕਰਜ਼ਾ ਚੜ੍ਹ ਜਾਣਾ। ਔਰ ਰਿਜ਼ਲਟ ਕੀ ਹੈ? ਡਿਵੈਲਪਮੈਂਟ 0, ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਕੋਈ ਪੈਸੇ ਨਹੀਂ, ਐਗਰੀਕਲਚਰ ਲਈ ਪੈਸੇ ਘਟਾ ਤੇ, ਡਾਈਵਰਸੀਫਿਕੇਸ਼ਨ ਪੈਸੇ ਘਟਾ ਤੇ। ਜਿਹੜੇ ਕਹਿੰਦੇ ਸੀ ਅਸੀਂ MSP ਦੇਵਾਂਗੇ, MSP ਦਾ ਕਿੱਥੇ? ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐਂ, ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ, ਕੀ ਪਤਾ ਐਂ ਦੇ ਦਿਓ MSP 'ਤੇ। ਬੀਬੀ ਗਨਮੋਲ ਕੌਰ, ਅਨਮੋਲ ਨੇ ਕੰਮ ਇਹ ਜੀ ਕਰਨੇ, ਉਹਨੂੰ ਬਣਾ ਦਿਓ, ਨਹੀਂ ਤਾਂ ਖਜ਼ਾਨਾ ਮੰਤਰੀ ਅਤੇ CM ਸ਼ਾਇਦ MSP ਦੇਈ ਦੇਵੇ 23 ਫਸਲਾਂ 'ਤੇ। MSP ਵਾਸਤੇ ਕੋਈ ਪ੍ਰੋਵੀਜ਼ਨ ਨਹੀਂ, 1,000 ਰੁਪਏ ਧੀਆਂ ਭੈਣਾਂ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ। ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਹੈ, ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ 'ਚ ਪ੍ਰੋਵੀਜ਼ਨ ਨਹੀਂ ਰੱਖੇ ਆ। ਡਿਵੈਲਪਮੈਂਟ ਵਾਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾਤਾ। ਵਿਧਾਨ ਸਭਾ 'ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ, ਲੀਡਰ ਆਫ ਦੀ ਆਪੋਜੀਸ਼ਨ ਪਜਾਮੀ ਕਿਹੋ ਜਿਹੀ ਪਾਉਂਦਾ, ਤੂੰ ਇੱਥੇ ਆ ਕੇ ਬਹਿ ਜਾ, ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ, ਇਹ ਕਿਹੜਾ ਪੰਜਾਬ ਦਾ ਭਲਾ ਹੋਜੂ ਇਹਦੇ ਨਾਲ? ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ।